ਇਹ ਮੈਂ ਤੁਹਾਨੂੰ ਟਿਪਸ ਦੇਣ ਲੱਗਾ ਬੰਦਿਆਂ ਨੂੰ ਜਿੰਨੇ ਵੀ ਜੈਂਟਲਮੈਨ ਬੈਠੇ ਨੇ ਇੱਥੇ, ਉਹਨਾਂ ਵਾਸਤੇ ਟਿਪਸ ਹੈ ਕਿ ਹੈਪੀ ਮੈਰਿਡ ਲਾਈਫ ਦਾ ਨੁਸਖਾ ਕੀ ਹੁੰਦਾ। ਮੈਂ ਤੁਹਾਨੂੰ ਦੱਸਣ ਲੱਗਾ ਕਿ ਖੁਸ਼ਹਾਲ ਵਿਆਹਤਾ ਜ਼ਿੰਦਗੀ ਕਿਵੇਂ ਜੀਣੀ ਹੈ। ਸਾਰੇ ਬੰਦੇ ਕਾਪੀ ਪੈਨ ਕੱਢ ਕੇ ਨੋਟ ਕਰ ਲਓ ਜੇ ਕਰਨਾ ਚਾਹੁੰਦੇ ਹੋ। ਕੰਮ ਨਹੀਂ ਆਣੇ ਜੀ ਭਾਜੀ, ਦੇਖਿਓ ਜੇ ਨਾ ਆ ਕੇ ਦੇਖਿਓ ਭਾਜੀ, ਜੇ ਨਾ ਕੰਮ ਆਇਆ ਭਾਜੀ ਮੈਂ ਬੈਠਾ, ਮੈਂ ਦੂਜਾ ਵਿਆਹ ਕਰਵਾ ਦਿਆਂਗਾ ਤੁਹਾਡਾ। ਭਾਜੀ ਇੰਨੀ ਗਰੰਟੀ ਕੋਈ ਕੰਪਨੀ ਦਿੰਦੀ? ਅੱਛਾ ਨੁਸਖਾ ਨੋਟ ਕਰ ਲਿਓ, ਤੁਸੀਂ ਮੰਨੋਗੇ ਕਿ ਹਾਂ ਠੀਕ ਹੈ। ਜਦੋਂ ਵੀ ਕੰਮ ਤੋਂ ਘਰ ਆਣਾ ਕਦੇ ਹੱਸਦੇ ਨਹੀਂ ਆਣਾ, ਕਿਉਂਕਿ ਜੇ ਤੁਸੀਂ ਹੱਸਦੇ ਖੁਸ਼ ਖੁਸ਼ ਘਰ ਆ ਕੇ ਸਿਆਪਾ ਪਿਆ ਹੀ ਸਮਝੋ। ਜਨਾਨੀ ਨੇ ਡੋਰ ਖੋਲਿਆ, ਤੁਸੀਂ ਚਾਬੀ ਹੇ ਹਾਏ ਡਾਰਲਿੰਗ ਹਾਵ ਯੂ, ਤੁਸੀਂ ਅੰਦਰ ਚਲੇ ਗਏ, ਚਾਬੀ ਟੰਗ ਦੀ, ਸੋਫੇ ਤੇ ਵੀ ਬਹਿ ਗਏ, ਟੀਵੀ ਵੀ ਲਾ ਲਿਆ, ਉਹ ਦਰਵਾਜੇ ਤੇ ਖੜੀ ਹੈ। ਬੜੀਆਂ ਪਹਿਲਾਂ ਪਾਉਂਦੇ ਆ ਰਹੇ ਬੰਦੇ, ਕਹਿੰਦਾ ਨਹੀਂ ਨਹੀਂ ਕੋਈ ਨੀ ਮੈਨੂੰ, ਮੈਂ ਕੀ ਪੁੱਛ ਕੇ ਲੈਣਾ ਕਿੱਥੋਂ ਆਏ। ਜਿੱਥੇ ਮਰਜ਼ੀ ਜਾਓ, ਜਿੱਥੇ ਮਰਜ਼ੀ ਆਓ, ਮੈਨੂੰ ਕੀ ਲੱਗੇ, ਮੇਰਾ ਇੱਥੇ ਕਿਹੜਾ ਕੋਈ ਹੈਗਾ, ਪ੍ਰਦੇਸਾਂ ਚ ਬੈਠੀ ਆ ਆਪਾਂ ਸੀ। ਉਸ ਤੋਂ ਬਾਅਦ ਕਿਚਨ ਤੱਕ ਤੁਸੀਂ ਮਗਰ ਮਗਰ, ਜੇ ਤੁਹਾਡੀ ਗੱਲ ਸੁਣ ਜੇ ਤਾਂ ਫੜ ਲਓ, ਉੱਥੇ ਪਰੌਂਠੇ ਪੱਕ ਰਹੇ ਨੇ, ਫਿੱਕੀਆਂ ਪਰੌਂਠੀਆਂ ਦੇ ਵਿੱਚ ਵੀ ਅੱਥਰੂ ਸੁੱਟ ਸੁੱਟ ਕੇ ਲੂਣਾ ਕਰ ਦਿੰਦੀ ਆਟੇ, ਉਹ ਵਿੱਚ ਰੋ ਰੋ ਕੇ ਪਰੌਂਠੇ ਲੂਣ ਵਾਲੇ ਕਰ ਦਿੰਦੀ। ਬੰਦਾ ਕਹਿੰਦਾ ਹੋਇਆ ਕੀ, ਪਿੱਛੇ ਤੋਂ ਮੇਰੇ ਨਾਲ ਗੱਲ ਕਰਦੇ, ਬਸ ਮੇਰਾ ਰੋਟੀਆਂ ਪਕਾਣੀ ਆਈ ਇੱਥੇ, ਹੋਰ ਮੇਰਾ ਕੰਮ ਕੀ ਹੈ, ਪਤਾ ਨੀ ਲੱਗਦਾ ਵੀ ਸਿਆਪਾ ਕਿਹੜੀ ਗੱਲ ਦਾ ਪੈ। ਕਦੀ ਰੀਕਲੈਕਟ ਕਰਕੇ ਵੇਖੋ ਕਿੰਨਾ ਹੱਸਦੇ ਹੱਸਦੇ ਅੰਦਰ ਆਏ ਸੀ, ਸਿਆਪਾ ਤੇ ਪੈਣਾ ਹੀ ਹੈ। ਕਦੀ ਸੋਚਿਆ ਵੀ ਕਿੱਥੋਂ ਸ਼ੁਰੂ ਹੁੰਦਾ ਸਿਆਪਾ? ਉਹ ਭਾਜੀ ਜਿਹੜੇ ਸੜੇ ਫੁਲਕੇ ਲੱਥਦੇ ਨਾ ਉਦਣ, ਫਿਰ ਤੇ ਸਾਰੇ ਤੁਹਾਨੂੰ ਖਾਣੇ ਵੀ ਪੈਂਦੇ ਬੜੇ ਸਵਾਦ ਨਾਲ, ਵੈਰੀ ਟੇਸਟੀ ਵੈਰੀ ਟੇਸਟੀ, ਕਹਿ ਵੀ ਨੀ ਸਕਦੇ ਫੁਲਕਾ ਸੜ ਗਿਆ। ਉਹ ਕਹਿੰਦੇ ਜਾਣ ਕੇ ਸਾੜ ਸਾੜ ਕੇ ਲਾਂਦੀ ਹੈ ਕਿ ਮੇਰਾ ਸਾੜ ਇਹਨੂੰ ਵਿੱਚੋਂ ਦਿਸੇ ਸਾਰ। ਹੁਣ ਭਾਜੀ ਘਰ ਆਉਣਾ ਕਿੱਦਾਂ, ਤੈਨੂੰ ਵੀ ਦੱਸਣ ਲੱਗਾ, ਬਾਹਰ ਭਾਵੇਂ ਕੌਫੀ ਸ਼ੌਫੀ ਪੀ ਕੇ ਆਨੰਦ ਲੈ ਕੇ ਤੁਸੀਂ ਐਨ ਐਨ ਟਾਂ ਟਨ ਹੋ ਕੇ ਆਏ ਹੋ, ਪਰ ਦਰਵਾਜੇ ਤੇ ਆਉਂਦੇ ਢਿੱਲੇ ਜੋ ਇਹਨਾਂ ਚਗਾਟ ਫੜ ਲਓ। ਉਹ ਜਦੋਂ ਡੋਰ ਖੋਲਦੀ ਮੈਂ, ਇੱਥੋਂ ਸਿਰ ਫੜ ਲਓ, ਉਹ ਨਮਾਲ ਹੀ ਪਿੱਛੇ ਪਿੱਛੇ ਕੀ ਹੋ ਗਿਆ, ਤੈਨੂੰ ਕਿਹਾ ਘੱਟ ਪ੍ਰੈਸ਼ਰ ਲਿਆ ਕਰੋ, ਬਹੁਤ ਤੁਸੀਂ ਪ੍ਰੈਸ਼ਰ ਲੈਂਦੇ, ਪ੍ਰੈਸ਼ਰ ਸਵਾਹ ਭਾਵੇਂ ਯਾਰ ਦੋਸਤਾਂ ਨਾਲ ਭੰਗੜੇ ਪਾਉਂਦੇ ਆ, ਭਾਵੇਂ ਸਪਾ ਹੀ ਕਰਾ ਕੇ ਆਏ ਹੋ, ਪਰ ਤੁਸੀਂ ਕਾਰਾਂ ਦੇ ਸਿਰ ਫੜ ਲਓ, ਬਹੁਤ ਤੁਸੀਂ ਕੰਮ ਦੀ ਟੈਨਸ਼ਨ ਲੈ, ਤੁਹਾਨੂੰ ਕਿਹਾ ਮੈਨੂੰ ਕੁਛ ਕਰਦੇ ਕਰੋ, ਮੈਂ ਵੀ ਹੈਲਪ ਕਰਦਿਆ ਕਰਾਂ ਤੁਹਾਡੀ ਕੁਛ, ਆਪ ਹੀ ਲੱਗੇ ਰਹਿੰਦੇ, ਕੀ ਕਿੱਥੇ ਲੈ ਜਾਣਾ ਇੰਨਾ ਪੈਸਾ, ਆਪਾਂ ਕੀ ਕਰਨਾ, ਕਿਉਂ ਇੰਨਾ ਕਰਦੇ ਹੁੰਦੇ, ਰੈਸਟ ਕਰਿਆ ਕਰੋ ਵਿੱਚੋਂ, ਬਸ ਤੁਸੀਂ ਇਹ ਦਿਖਾਣਾ ਵੀ ਮੇਰੇ ਜਿੰਨਾ ਦੁਖੀ ਕੋਈ ਨੀ, ਅੱਜ ਹੁਣ ਆਰਾਮ ਨਾਲ ਬਹਿ ਜਾਓ, ਕੁਛ ਨੀ ਕਰਨਾ, ਲਿਆ ਸ਼ੂਜ਼ ਵੀ ਮੈਂ ਖੋਲ ਦਿੰਦੀ ਹਾਂ, ਸ਼ੂਜ਼ ਵੀ ਖੋਲੇਗੀ ਤੁਹਾਡੇ। ਯਾਰ ਮੈਂ ਤਾਂ ਇੰਨਾ ਸਿਰ ਦੁਖਦਾ ਪਿਆ ਨਾ, ਮੇਰਾ ਗੋਲੀ ਖਾਣ ਨੂੰ ਦਿਲ ਨੀ ਕਰਦਾ, ਕਿਉਂਕਿ ਗੋਲੀ ਤੇ ਖਾਣੀ ਵੀ ਸਿਰ ਦੁਖਦਾ ਹੀ, ਮੇਰਾ ਤਾਂ ਗੋਲੀ, ਮੈਂ ਮੈਡੀਸਨ ਤੈਨੂੰ ਪਤਾ ਮੈਂ ਆਈ ਡੋਂਟ ਲਾਈਕ ਮੈਡੀਸਨ, ਚੁੱਪ ਕਰ ਕਿਤੇ ਆਰਾਮ ਨਾਲ ਬੈਠੋ, ਪੈਰ ਸਿੱਧੇ ਕਰ ਲਓ, ਮੈਂ ਚਾਹ ਬਣਾ ਕੇ ਲਿਆਨੀ ਆ। ਉਹ ਜਿੱਦਾਂ ਦੀ ਵੀ ਚਾਹ ਬਣਾ ਕੇ ਲਿਆਵੇ, ਕੱਪ ਅੰਦਰ ਸੁੱਟ ਲਓ, 10 ਮਿੰਟ ਬਾਅਦ ਕਹਿ ਦੋ ਯਾਰ ਫੀਲਿੰਗ ਫਰੈਸ਼, ਅੱਛਾ ਲੱਗ ਰਿਹਾ, ਫੇਰ ਦੇਖਿਓ ਹੋਣਾ ਹੀ ਸੀ ਠੀਕ, ਚਾਹ ਕਿੰਨੇ ਬਣਾਈ ਸੀ, ਹੁਣ ਦੱਸੋ ਫਾਰਮੂਲਾ ਵਰਤੀਆ ਪਹਿਲਾਂ ਕਿ ਨਹੀਂ। ਥੈਂਕ ਯੂ ਜੀ, ਮੈਂ ਤਾਂ ਘਰ ਅਜਮਾਇਆ ਹੋਇਆ, ਥੈਂਕ ਯੂ ਸੋ ਮਚ ਜੀ, ਸੋ ਇੰਜੋਏ ਕਰ